ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਡੇ ਨਾਲ KPS ਗਿੱਲ ਦੀਆਂ ਅਜਿਹੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਅਤੇ ਸ਼ਾਇਦ ਤੁਸੀਂ ਪਹਿਲਾਂ ਵੀ ਇਹ ਗੱਲਾਂ ਨਹੀਂ ਸੁਣੀਆਂ ਹੋਣਗੀਆਂ। KPS ਗਿੱਲ ਦਾ ਪੂਰਾ ਨਾਮ ਕੰਬਰਪਾਲ ਸਿੰਘ ਸੀ ਅਤੇ ਉਹ ਲੁਧਿਆਣੇ ਕੋਲ ਪੈਂਦੇ ਪਿੰਡ ਗਿੱਲ ਦੇ ਵਿੱਚ ਜੰਮਿਆ ਸੀ। ਇਹ ਗਿੱਲ ਪਿੰਡ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਕਰਕੇ ਬੜਾ ਪ੍ਰਸਿੱਧ ਹੈ, ਜਿਸ ਦੇ ਕੋਲ ਇੱਕ ਨਹਿਰ ਲੰਘਦੀ ਹੈ। ਇਹ ਨਹਿਰ ਚੜ੍ਹਦੇ ਪਾਸੇ ਤੋਂ ਦੋਰਾਹੇ ਵੱਲਿਓਂ ਆਉਂਦੀ ਹੈ। ਦੋਰਾਹੇ ਦੇ ਕੋਲ ਪੈਂਦੇ ਪਿੰਡ ਬਿਲਾਸਪੁਰ ਵਿੱਚ 19 ਫਰਵਰੀ 1922 ਨੂੰ ਪੰਜਾਬ ਦਾ ਬਾਅਦ ਦੇ ਵਿੱਚ ਬੁੱਛੜ ਬਣਨ ਵਾਲਾ ਮੁੱਖ ਮੰਤਰੀ ਬੇਅੰਤ ਸਿੰਘ ਜੰਮਿਆ, ਜਿਸ ਨੇ ਜ਼ਕਰੀਆ ਖਾਨ ਨੂੰ ਵੀ ਮਾਤ ਪਾਉਣੀ ਸੀ। ਖੈਰ, ਬੇਅੰਤ ਸਿੰਘ ਦੇ ਸਾਥੀ ਬਣਨ ਵਾਲਾ ਮੀਰ ਮਨੂ ਵਰਗਾ ਇਹ ਕੰਬਰਪਾਲ ਸਿੰਘ ਗਿੱਲ 29 ਦਸੰਬਰ 1934 ਨੂੰ ਜੰਮਿਆ ਸੀ। ਕਿਸੇ ਨੂੰ ਕੀ ਪਤਾ ਸੀ ਕਿ ਅੱਗੜ ਪਿਛੜ ਜੰਮੇ ਇਹਨਾਂ ਦੋਹਾਂ ਨੇ ਹੀ ਹਕੂਮਤ ਦੇ ਹੱਥ ਠੋਕੇ ਬਣ ਕੇ ਸਿੱਖੀ ਅਤੇ ਸਿੱਖਾਂ ਦੇ ਬੈਰੀ ਬਣ ਕੇ ਲੁਧਿਆਣਾ ਜ਼ਿਲ੍ਹਾ ਆਪਣੇ ਕਾਰਿਆਂ ਦੇ ਨਾਲ ਸ਼ਰਮਸ਼ਾਰ ਕਰਨਾ ਹੈ। ਕੰਬਰਪਾਲ ਸਿੰਘ ਗਿੱਲ ਦੇ ਦਾਦੇ ਨਗਾਹੀਆ ਸਿੰਘ ਨੇ ਅੰਗਰੇਜ਼ ਹਕੂਮਤ ਦੀ ਪਤਾ ਨਹੀਂ ਕਿਹੜੀ ਇਹੋ ਜਿਹੀ ਸੇਵਾ ਕੀਤੀ ਕਿ ਉਸਨੂੰ ਸਰਦਾਰ ਸਾਹਿਬ ਦਾ ਖਿਤਾਬ ਉਹਨਾਂ ਸਮਿਆਂ ਦੇ ਵਿੱਚ ਮਿਲਿਆ ਹੋਇਆ ਸੀ। ਆਮ ਕਰਕੇ ਅੰਗਰੇਜ਼ ਅਤੇ ਹੋਰ ਹਕੂਮਤਾਂ ਇਹੋ ਜਿਹੇ ਖਿਤਾਬ ਆਪਣੇ ਪਿੱਠੂਆਂ ਨੂੰ ਦਿੰਦੀਆਂ ਹੁੰਦੀਆਂ ਸਨ ਅਤੇ ਇਹੋ ਜਿਹੇ ਪਰਿਵਾਰਾਂ ਵਿੱਚ ਅਗਲੀਆਂ ਪੁਸ਼ਤਾਂ ਤੱਕ ਵੇਲੇ ਦੀ ਹਕੂਮਤ ਦੀ ਬੋਲੀ ਬੋਲਣ ਦੀ ਕਲਾ ਹੁੰਦੀ ਹੈ। KPS ਗਿੱਲ ਦਾ ਪਿਤਾ ਰਿਸ਼ਪਾਲ ਸਿੰਘ ਇੰਜੀਨੀਅਰ ਸੀ। ਉਹ ਪੋਂਗ ਡੈਮ ਸਮੇਤ ਹੋਰ ਕਈ ਅਹਿਮ ਪ੍ਰੋਜੈਕਟਾਂ ਦੇ ਨਾਲ ਜੁੜਿਆ ਹੋਇਆ ਵਿਅਕਤੀ ਸੀ, ਜਿਸ ਦੀ ਮੰਤਰੀਆਂ, ਮੁੱਖ ਮੰਤਰੀਆਂ ਅਤੇ ਹੋਰ ਅਫਸਰਸ਼ਾਹੀ ਵਿੱਚ ਚੰਗੀ ਪਹਿੜ ਸੀ। ਗਿੱਲ ਦੀ ਮਾਤਾ ਅੰਮ੍ਰਿਤ ਕੌਰ ਦਾ ਪਿੰਡ ਫਿਰੋਜ਼ਪੁਰ ਜ਼ਿਲ੍ਹੇ ਦੀ ਮੋਗਾ ਤਹਿਸੀਲ ਵਿੱਚ ਡਰੋਲੀ ਹੈ, ਜੋ ਕਿ ਰਹੀਸ ਅਤੇ ਜਗੀਰਦਾਰ ਪਰਿਵਾਰ ਦੀ ਧੀ ਸੀ। ਗਿੱਲ ਦੀਆਂ ਦੋ ਭੈਣਾਂ ਬਰਿੰਦਰ ਕੌਰ ਅਤੇ ਨੀਨਾ ਸਨ। ਉਸਨੇ ਕਿਰਪਾ ਰਾਮ ਹਾਈ ਸਕੂਲ ਪਾਉਂਟਾ ਸਾਹਿਬ ਤੋਂ ਮਿਡਲੀ ਪੜ੍ਹਾਈ ਕੀਤੀ। ਗਿੱਲ ਨੇ ਫਿਰ ਲੁਧਿਆਣੇ ਮਾਲਵਾ ਖਾਲ ਸਕੂਲ ਵਿੱਚ ਪੜ੍ਹਨ ਚਲਿਆ ਗਿਆ। ਫਿਰ ਗਿੱਲ ਮਸੂਰੀ ਅਤੇ ਸ਼ਿਮਲੇ ਵੀ ਪੜ੍ਹਿਆ। ਉਸਦੀ ਮਾਤਾ ਦੀ 1951 ਦੇ ਵਿੱਚ ਜਦ ਮੌਤ ਹੋਈ ਤਾਂ ਗਿੱਲ ਉਦੋਂ ਅਜੇ ਗ੍ਰੈਜੂਏਸ਼ਨ ਕਰ ਰਿਹਾ ਸੀ। 1955 ਦੇ ਵਿੱਚ ਸਰਕਾਰੀ ਕਾਲਜ ਲੁਧਿਆਣੇ ਤੋਂ ਉਸਨੇ ਅੰਗਰੇਜ਼ੀ ਦੀ MA ਕੀਤੀ ਅਤੇ ਇਸੇ ਸਾਲ ਉਸਦੇ ਪਿਤਾ ਨੇ ਇੱਕ ਹੋਰ ਵਿਆਹ ਕਰਵਾ ਲਿਆ, ਜਿਸ ਤੋਂ ਇੱਕ ਮੁੰਡਾ ਅਤੇ ਇੱਕ ਕੁੜੀ ਪੈਦਾ ਹੋਏ। ਗਿੱਲ ਨੇ ਸ਼ਿਮਲੇ ਯੂਨੀਵਰਸਿਟੀ ਵਿੱਚ MA ਪੋਲੀਟੀਕਲ ਸਾਇੰਸ ਵਿੱਚ ਦਾਖਲਾ ਲਿਆ ਅਤੇ ਨਾਲ ਹੀ ਉੱਥੇ ਅੰਗਰੇਜ਼ੀ ਵੀ ਪੜ੍ਹਾਈ। ਫਿਰ ਦਿੱਲੀ ਯੂਨੀਵਰਸਿਟੀ ਵਿੱਚ ਕਾਨੂੰਨ ਦੇ ਵਿੱਚ ਦਾਖਲਾ ਲੈ ਲਿਆ। ਉਸਨੇ ਸਰਕਾਰੀ ਕਾਲਜ ਓੜਮੁੜ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਵੀ ਅੰਗਰੇਜ਼ੀ ਪੜ੍ਹਾਈ। 1957 ਵਿੱਚ ਗਿੱਲ IPS ਲਈ ਚੁਣਿਆ ਗਿਆ। 2 ਨਵੰਬਰ 1949 ਨੂੰ ਗਿੱਲ ਦਾ ਵਿਆਹ ਹੇਮਿੰਦਰ ਕੌਰ ਦੇ ਨਾਲ ਹੋਇਆ, ਜਿਸ ਤੋਂ 9 ਅਗਸਤ 1960 ਨੂੰ ਹੇਮੰਤਪਾਲ ਸਿੰਘ ਅਤੇ 2 ਨਵੰਬਰ 1964 ਨੂੰ ਚੇਤਵਨ ਕੌਰ ਪੈਦਾ ਹੋਏ। ਗਿੱਲ ਦੀਆਂ ਦੋ ਭੈਣਾਂ ਚੰਡੀਗੜ੍ਹ 18 ਸੈਕਟਰ ਰਹਿੰਦੀਆਂ ਨੇ। ਭਰਾ ਬਰਿੰਦਰ ਸਿੰਘ ਸ਼ਿਮਲੇ ਅਤੇ ਮਤਰੀਮਾਂ ਸਤਵੰਤ ਕੌਰ ਚੰਡੀਗੜ੍ਹ ਸੈਕਟਰ 9 ਦੀ ਕੋਠੀ ਨੰਬਰ 254 ਦੇ ਵਿੱਚ ਰਹਿੰਦੀ ਹੈ। ਗਿੱਲ ਦਾ ਇੱਕ ਸਖ਼ਤ ਆਖੜ ਭਾਵ ਰਹਿਤ ਪੁਲਿਸ ਅਫਸਰ ਸੀ, ਜੋ ਕਿ ਮੁਲਕ ਦੇ ਵਿੱਚ ਥਾਂ ਥਾਂ ਹੁੰਦੇ ਹਿੰਸਕ ਵਰਤਾਰਿਆਂ ਦੇ ਨਾਲ ਨਜਿੱਠਣ ਦੇ ਲਈ ਹਕੂਮਤ ਤੋਂ ਬੇਹੱਦ ਸਹੀ ਬੈਠਦਾ ਸੀ, ਪਰ ਉਸਦਾ ਇਹ ਤਕੜ ਵਈਆ ਜਨਤਾ ਦੇ ਲਈ ਬੇਹੱਦ ਘਾਤਕ ਸੀ। ਆਪਣੇ ਹੱਕਾਂ ਦੇ ਲਈ ਅੰਦੋਲਨ ਕਰਨ ਵਾਲਿਆਂ ਨੂੰ ਦੜਨ ਲਈ ਭਾਰਤੀ ਸਰਕਾਰ ਨੂੰ ਜਿਸ ਤਰ੍ਹਾਂ ਦੇ ਜਾਬਰ ਪੁਲਿਸਿਆਂ ਦੀ ਲੋੜ ਰਹਿੰਦੀ ਹੈ, ਗਿੱਲ ਉਸ ਕਤਾਰ ਦੇ ਵਿੱਚ ਸਭ ਤੋਂ ਉੱਪਰ ਸੀ। ਉਸਨੇ ਅਸਾਮ ਦੇ ਵਿੱਚ DGP ਹੁੰਦਿਆਂ ਰਾਜਕੀ ਬਦਨਾਮੀ ਖੱਟੀ ਅਤੇ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਦੇ ਲਈ ਜ਼ਿੰਮੇਵਾਰ ਮੰਨਿਆ ਗਿਆ, ਪਰ ਮਗਰੋਂ ਦਿੱਲੀ ਹਾਈ ਕੋਰਟ ਨੇ ਉਸ ਨੂੰ ਰਾਹਤ ਦੇ ਦਿੱਤੀ। 1982-83 ਦੇ ਵਿੱਚ ਅਸਾਮ ਦੀਆਂ ਹਿੰਸਕ ਘਟਨਾਵਾਂ ਮੌਕੇ ਉਹ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਮੇਤ ਹੋਰ ਅਹਿਮ ਭਾਰਤੀ ਆਗੂਆਂ ਦੇ ਧਿਆਨ ਦੇ ਵਿੱਚ ਇੱਕ ਸਖ਼ਤ ਮਿਜਾਜ ਅਫਸਰ ਵਜੋਂ ਆ ਗਿਆ ਸੀ। 1983 ਦੇ ਵਿੱਚ ਅਸਾਮ ਅਸੈਂਬਲੀ ਦੀਆਂ ਚੋਣਾਂ ਆਜ਼ਾਦ ਭਾਰਤ ਦੇ ਇਤਿਹਾਸ ਵਿੱਚੋਂ ਸਭ ਤੋਂ ਵੱਧ ਹਿੰਸਕ ਚੋਣਾਂ ਸਨ, ਜਦ ਸੈਂਕੜੇ ਲੋਕ ਮਾਰੇ ਗਏ ਸਨ ਅਤੇ ਗਿੱਲ ਉੱਥੇ IG ਅਮਨ ਕਾਨੂੰਨ ਸੀ। ਨਵੀਂ ਚੁਣੀ ਸਰਕਾਰ ਨੇ ਪੁਲਿਸ ਵਧੀਕੀਆਂ ਲਈ ਬਲੀ ਦੇ ਬੱਕਰੇ ਛਾਂਟਣੇ ਸਨ, ਸੋ 25 ਵਰ੍ਹੇ ਅਸਾਮ ਦੇ ਵਿੱਚ ਨੌਕਰੀ ਕਰਨ ਵਾਲੇ ਗਿੱਲ ਨੂੰ ਕੇਂਦਰ ਸਰਕਾਰ ਨੇ ਜੰਮੂ ਦਾ IG BSF ਬਣਾ ਕੇ ਭੇਜ ਦਿੱਤਾ, ਜਿੱਥੇ ਜਨਵਰੀ 1984 ਤੋਂ ਉਸਨੇ ਨੌਕਰੀ ਸ਼ੁਰੂ ਕੀਤੀ। ਮਈ 84 ਵਿੱਚ ਉਹ ਅੰਮ੍ਰਿਤਸਰ ਵਿਖੇ BSF ਦੇ ਯੂਨਿਟਾਂ ਦੇ ਨਿਰੀਖਣ ਦੇ ਲਈ ਆਇਆ। ਪੰਜਾਬ ਪੁਲਿਸ ਦੇ IG ਪਿੰਡਰ ਨਾਲ ਉਸਦੀ ਬਹਿਸਬਾਜ਼ੀ ਹੋਈ ਕਿ ਸੁਰੱਖਿਆ ਕਰਮਚਾਰੀਆਂ ਨੂੰ ਥਾਂ ਥਾਂ ਨਾਕੇ ਲਾ ਕੇ ਕੋਈ ਲਾਭ ਨਹੀਂ ਹੋਣਾ। ਗਿੱਲ ਦਾ ਅਰਥ ਸੀ ਕਿ ਸੁਰੱਖਿਆ ਕਰਮਚਾਰੀ ਆਪਰੇਸ਼ਨ ਕਾਰਵਾਈ ਕਰਨ। June 1984 ਦੇ ਘੱਲੂਘਾਰੇ ਮੌਕੇ ਉਹ ਜੰਮੂ ਹੀ BSF ਦੇ IG ਵਜੋਂ ਤਾਇਨਾਤ ਸੀ। ਪੰਜਾਬ ਦੇ ਵਿੱਚ ਆਪਰੇਸ਼ਨ ਬੁਲਡੋਜ਼ ਜੰਗਲੀ ਗੁਲਾਬ ਦੀ ਟਹਿਣੀ ਅਧੀਨ ਪਿੰਡਾਂ ਵਿੱਚੋਂ ਸਿੱਖਾਂ ਦੀ ਧੜਾਧੜ ਗ੍ਰਿਫਤਾਰੀ ਹੋ ਰਹੀ ਸੀ ਅਤੇ ਹਕੂਮਤੀ ਜ਼ੁਲਮਾਂ ਤੋਂ ਬਚਣ ਦੇ ਲਈ ਸਿੱਖ ਛੇਤੀ ਤੋਂ ਛੇਤੀ ਸਰਹੱਦ ਪਾਰ ਕਰਨਾ ਚਾਹੁੰਦੇ ਸਨ।
ਜਾਪਦਾ ਹੈ ਕਿ ਦਰਬਾਰ ਸਾਹਿਬ ਉੱਪਰ ਫੌਜੀ ਹਮਲੇ ਮਗਰੋਂ ਕਾਂਗਰਸ ਸਰਕਾਰ ਅਤੇ ਏਜੰਸੀਆਂ ਨੇ ਮਿਥ ਲਿਆ ਸੀ ਕਿ ਹੁਣ ਸਿੱਖਾਂ ਦੇ ਉਭਰੇ ਜੋਸ਼ ਦਾ ਟਕਰਾਅ ਕਿਸੇ ਸਿੱਖ ਚਿਹਰੇ ਦੇ ਨਾਲ ਕਰਵਾਉਣਾ ਹੈ। ਗਿੱਲ ਪਹਿਲਾਂ ਹੀ ਆਸਾਮ ਦੇ ਵਿੱਚ ਆਪਣੇ ਰੰਗ ਢੰਗ ਵਿਖਾ ਚੁੱਕਾ ਸੀ। ਉਹ ਇੱਕ ਇਹੋ ਜਿਹੇ ਚਿਹਰੇ ਵਜੋਂ ਉਭਾਰੇ ਜਾਣ ਲਈ ਹਰ ਤਰ੍ਹਾਂ ਦੇ ਨਾਲ ਸਹੀ ਸੀ, ਜਿਸ ਨੂੰ ਸਿੱਖਾਂ ਦੇ ਖਿਲਾਫ ਭਾਰਤੀ ਜੰਗ ਦਾ ਨਾਇਕ ਬਣਾ ਕੇ ਪੇਸ਼ ਕੀਤਾ ਜਾਵੇ। ਹੋ ਸਕਦਾ ਹੈ ਕਿ ਗਿੱਲ ਨੂੰ ਜ਼ੁਲਮੀ ਜੰਗ ਦਾ ਸਿਹਰਾ ਬੰਨਣ ਦਾ ਫੈਸਲਾ ਬਾਅਦ ਦੇ ਵਿੱਚ ਹੋਇਆ, ਪਰ ਇਹ ਤੱਥ ਧਿਆਨ ਗੋਚ ਰਿਹਾ ਹੈ ਕਿ ਆਸਾਮ ਦੇ ਵਿੱਚ ਹਿੰਸਕ ਵਰਤਾਰੇ ਦੇ ਨਾਲ ਨਜਿੱਠਣ ਕਾਰਨ ਉਸ ਨੂੰ ਸਤੰਬਰ 1984 ਮੌਕੇ ਆਈਜੀ ਆਰਮਡ ਪੁਲਿਸ ਹੈੱਡਕੁਆਰਟਰ ਜਲੰਧਰ ਤਾਇਨਾਤ ਕਰ ਦਿੱਤਾ ਗਿਆ ਸੀ। 31 ਅਕਤੂਬਰ 1984 ਨੂੰ ਇੰਦਰਾ ਨੂੰ ਸਿੰਘਾਂ ਨੇ ਨਿਸ਼ਾਨਾ ਬਣਾ ਲਿਆ। 1985 ਨੂੰ ਪੰਜਾਬ ਦਾ ਆਈਜੀ PAP ਜਲੰਧਰ ਅਤੇ IG ਆਪਰੇਸ਼ਨ 2 ਚਾਰਜ ਸਨ। ਚਰਚਾ ਹੈ ਕਿ ਜੇਲ੍ਹਾਂ ਵਿੱਚ ਨੌਜਵਾਨ ਸਿੱਖ ਆਗੂਆਂ ਅਤੇ ਸਰਕਾਰ ਵਿਚਾਲੇ ਚੱਲੀ ਗੱਲਬਾਤ ਵਿੱਚ ਵੀ ਗਿੱਲ ਨੇ ਭੂਮਿਕਾ ਨਿਭਾਈ, ਜਿਸ ਦੇ ਨਤੀਜੇ ਵਜੋਂ ਰਾਜੀਵ ਲੌਂਗੋਵਾਲ ਸਮਝੌਤਾ ਹੋਣ ਦੇ ਵਿੱਚ ਆਇਆ। 20 ਅਗਸਤ 1985 ਨੂੰ ਹੋਈਆਂ ਅਸੈਂਬਲੀ ਚੋਣਾਂ ਮੌਕੇ ਗਿੱਲ ਪੰਜਾਬ ਵਿੱਚ ਹੀ ਸੀ। ਬਰਨਾਲਾ ਸਰਕਾਰ ਬਣਨ ਮਗਰੋਂ ਉਹਨੂੰ DGP ਬਣਾਏ ਜਾਣ ਦੀ ਆਸ ਸੀ, ਪਰ ਤਾਲੀਵਾਲ ਨੂੰ ਇਹ ਅਹੁਦਾ ਦਿੱਤਾ ਗਿਆ ਅਤੇ ਗਿੱਲ ਨੂੰ ਦਿੱਲੀ ਉਹਨਾਂ ਸਮਿਆਂ ਦੇ ਵਿੱਚ ਫਿਰ ਭੇਜ ਦਿੱਤਾ ਗਿਆ। ਜਨਵਰੀ 86 ਵਿੱਚ ਉਸਨੂੰ ਦਿੱਲੀ IG CICF ਤਾਇਨਾਤ ਕੀਤਾ ਗਿਆ। ਸਾਲ ਕੁ ਬਾਅਦ ਫਰਵਰੀ 1986 ਦੇ ਵਿੱਚ ਚਰਚਾ ਛਿੜੀ ਕਿ ਗਿੱਲ ਨੂੰ DGP ਪੰਜਾਬ ਲਾਇਆ ਜਾਵੇਗਾ, ਪਰ ਉਸਦਾ ਪਤਾ ਕੱਟ ਕੇ ਰਵੈਰੋ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ। ਜੂਨ 1986 ਦੇ ਵਿੱਚ ਗਿੱਲ ਨੂੰ CRP ਦਾ IG ਬਾਰਡਰ ਰੇਂਜ ਬਣਾ ਕੇ ਅੰਮ੍ਰਿਤਸਰ ਭੇਜਿਆ ਗਿਆ। ਰਵੈਰੋ ਦੀ ਗੋਲੀ ਬਦਲੇ ਗੋਲੀ ਦੀ ਨੀਤੀ ਕਾਰਨ ਪੰਜਾਬ ਦੇ ਵਿੱਚ ਖੂਨ ਖਰਾਬਾ ਸਿੱਖਰਾਂ ਛੋਹ ਰਿਹਾ ਸੀ। ਸਿੱਖ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਭੱਜਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਸੀ। ਉਹ ਸਾਰੇ ਨੌਜਵਾਨ ਜੋ ਜੂਨ 84 ਨਵੰਬਰ 86 ਦੇ ਬਾਅਦ ਵਿੱਚ ਸਰਕਾਰੀ ਦਹਿਸ਼ਤਗਰਦੀ ਤੋਂ ਪੀੜਿਤ ਹੋ ਕੇ ਘਰਾਂ ਦੇ ਵਿੱਚੋਂ ਭੱਜ ਗਏ ਸਨ, ਗਿੱਲ ਦੀ ਨਜ਼ਰ ਵਿੱਚ ਸਿਰਫਿਰੇ ਉਹ ਦਹਿਸ਼ਤਗਰਦ ਸਨ ਜਿਨ੍ਹਾਂ ਨੂੰ ਬਿਨਾਂ ਕੋਈ ਗੱਲ ਸੁਣੇ ਗੋਲੀਆਂ ਦੇ ਨਾਲ ਮਾਰ ਦਿੱਤਾ ਜਾਣਾ ਚਾਹੀਦਾ ਸੀ। ਗਿੱਲ ਬੜਾ ਉਗਦੇ ਵੀ ਸੀ ਕਿ ਉਸਦੇ ਹੱਥ ਸੂਬੇ ਦੀ ਕਮਾਂਡ ਕਿਉਂ ਨਹੀਂ। ਪਹਿਲਾਂ ਤਾਲੀਵਾਲ ਅਤੇ ਮਗਰੋਂ ਰਵੈਰੋ ਅਤੇ DGP ਲਾਏ ਜਾਣ ਨਾਲ ਉਸਨੂੰ ਜਾਪਦਾ ਸੀ ਕਿ ਉਸਦਾ ਹੱਕ ਮਾਰਿਆ ਗਿਆ ਹੈ। ਉਹ ਜੋ ਬਰਨਾਲਾ ਸਰਕਾਰ ਤੋਂ ਵੀ ਖੁਸ਼ ਨਹੀਂ ਸੀ, ਕਿਉਂਕਿ ਜਿਹੋ ਜਿਹੇ ਕਾਰਨਾਮੇ ਕਰਨ ਲਈ ਗਿੱਲ ਦਾ ਦਿਲ ਦਿਮਾਗ ਕਾਲਾ ਸੀ, ਉਹ ਕਿਸੇ ਚੁਣੀ ਹੋਈ ਸਰਕਾਰ ਦੇ ਹੁੰਦਿਆਂ ਕਰਨੇ ਔਖੇ ਸਨ। ਬਰਨਾਲਾ ਸਰਕਾਰ 1987 ਨੂੰ ਬਰਤਰਫ ਹੋ ਗਈ ਤਾਂ ਗਿੱਲ ਨੂੰ ਆਪਣੇ ਹਿਸਾਬ ਦੇ ਨਾਲ ਚੱਲਣ ਵਾਲਾ ਮਾਹੌਲ ਬਣਦਾ ਜਾਪਿਆ। ਜਾਪਦਾ ਹੈ ਕਿ ਉਦੋਂ ਤੱਕ ਦਿੱਲੀ ਦਰਬਾਰ ਦੀਆਂ ਖੁਫੀਆ ਏਜੰਸੀਆਂ ਵੀ ਇਸ ਨਤੀਜੇ 'ਤੇ ਪੁੱਜ ਚੁੱਕੀਆਂ ਸਨ ਕਿ ਸਿੱਖਾਂ ਉੱਪਰ ਕਹਿਰ ਟਾਉਣ ਦੇ ਲਈ ਕਿਸੇ ਸਿੱਖ ਅਫਸਰ ਨੂੰ ਹੀ ਮੋਹਰਾ ਬਣਾਇਆ ਜਾਵੇ ਤਾਂ ਕਿ ਗੈਰ ਸਿੱਖ ਭਾਈਚਾਰੇ ਸਿੱਖਾਂ ਦੇ ਪ੍ਰਤੀਕਰਮ ਤੋਂ ਬਚੇ ਰਹਿਣ। ਗਿੱਲ ਪਹਿਲਾਂ ਹੀ ਹਕੂਮਤ ਦੀ ਨਜ਼ਰ ਦੇ ਵਿੱਚ ਸੀ। ਆਸਾਮ ਦੇ ਵਿੱਚ ਆਪਣੇ ਰੰਗ ਢੰਗ ਵਿਖਾ ਕੇ ਉਹ ਦੱਸ ਚੁੱਕਾ ਸੀ ਕਿ ਉਹ ਕਿਸ ਹੱਦ ਤੱਕ ਜਾ ਸਕਦਾ ਹੈ। 1984 ਤੋਂ ਪੰਜਾਬ ਵਿੱਚ ਰੱਖ ਕੇ ਹਕੂਮਤ ਨੇ ਉਸਨੂੰ ਕਾਫੀ ਹੰਢਣ ਦਾ ਮੌਕਾ ਦਿੱਤਾ ਸੀ, ਪਰ ਹਕੂਮਤ ਦੀ ਇੱਛਾ ਸੀ ਕਿ ਸਿੱਖ ਜੁਝਾਰੂ ਲਹਿਰ ਦੀ ਦਿਨੋਂ ਦਿਨ ਵੱਧ ਰਹੀ ਚੜ੍ਹਤ ਸਾਹਮਣੇ ਲਗਾਤਾਰ ਡਿੱਗ ਰਹੇ ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਦੇ ਹੌਸਲੇ ਗਿੱਲ ਨੂੰ ਇੱਕ ਇਹੋ ਜਿਹੇ ਕਰਿਸ਼ਮਾਈ ਝਟਕੇ ਨਾਲ ਪੇਸ਼ ਕੀਤਾ ਜਾਵੇ ਜੋ ਜੇਤੂ ਅੰਦਾਜ਼ ਦੇ ਵਿੱਚ ਪੇਸ਼ ਹੋਵੇ। ਰਵੈਰੋ ਦੀ ਗੋਲੀ ਬਦਲੇ ਗੋਲੀ ਦੀ ਨੀਤੀ ਪੁੱਠੀ ਪਈ ਸੀ ਅਤੇ ਉਸ ਉੱਪਰ ਹੋਏ ਘਾਤਕ ਹਮਲੇ ਕਾਰਨ ਉਸਦੀ ਠੋਕ ਵੀ ਨਹੀਂ ਸੀ ਰਹੀ। ਉਦੋਂ ਤੱਕ ਇੱਕ ਪਾਸੇ ਗਿੱਲ ਨੇ ਆਪਣੇ ਅਧੀਨ CRP ਨੂੰ ਆਧੁਨਿਕ ਅਸਲੇ ਦੇ ਨਾਲ ਲੈਸ ਕਰਨ ਦੀ ਜਿੱਦ ਕੀਤੀ, ਦੂਜਾ ਉਸਨੇ CRP ਅਤੇ ਪੰਜਾਬ ਪੁਲਿਸ ਵਿੱਚੋਂ ਅਫਸਰ ਚੁਣਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੂੰ ਨਾਲ ਲੈ ਕੇ ਉਹ ਸਿੱਖਾਂ ਉੱਪਰ ਟੁੱਟ ਪਵੇ। ਇੱਕ ਕਠੋਰ ਅਤੇ ਬੇਦਰਦ ਖਾਕੀ ਵਰਦੀਧਾਰੀ ਵਜੋਂ ਗਿੱਲ ਗੱਜ ਵੱਜ ਕੇ ਕਹਿੰਦਾ ਸੀ ਕਿ ਖਾੜਕੂ ਜੱਟ ਸਿੱਖ ਨੇ ਅਤੇ ਅਸੀਂ ਪੁਲਸੀਏ ਵੀ ਜੱਟ ਸਿੱਖ ਹਾਂ। ਇਸ ਦਾ ਅਰਥ ਸੀ ਕਿ ਰਵੈਰੋ ਵਰਗੇ ਅਫਸਰ ਇਸ ਲੜਾਈ ਨੂੰ ਜਿੱਤ ਨਹੀਂ ਸਕਦੇ। ਜਦ ਇੱਕ ਸਿੱਖ ਪਰਿਵਾਰ ਵੀ ਜੰਮਿਆ ਬੇਕਿਰਕ ਪੁਲਿਸ ਅਧਿਕਾਰੀ ਸਿੱਖਾਂ ਨੂੰ ਹੀ ਤਬਾਹ ਕਰਨ ਲਈ ਕਮਰ ਕਸੀ ਬੈਠਾ ਹੋਵੇ ਤਾਂ ਹਕੂਮਤੀ ਨਿਜ਼ਾਮ ਨੂੰ ਹੋਰ ਕੀ ਚਾਹੀਦਾ ਹੈ। ਇਸ ਤਰ੍ਹਾਂ ਮੁਲਕ ਦੀਆਂ ਖੁਫੀਆ ਏਜੰਸੀਆਂ ਨੇ ਇੱਕ ਤਾਣਾ ਬਾਣਾ ਬੁਣ ਕੇ ਇੱਕ ਇਹੋ ਜਿਹੀ ਭਿਆਨਕ ਖੇਡ ਰਚੀ ਜਿਸ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਣੀ ਸੀ। ਉੱਧਰ ਕੇਂਦਰੀ ਗ੍ਰਹਿ ਮੰਤਰਾਲਾ ਮਾਨੇਸਰ ਵਿੱਚ ਅਰਾਵਾਲੀ ਪਹਾੜੀਆਂ ਵਿੱਚ ਨੈਸ਼ਨਲ ਸਕਿਉਰਿਟੀ ਗਾਰਡ ਦੇ ਕਮਾਂਡੋਜ਼ ਦੀ ਤਿਆਰੀ ਕਰ ਰਿਹਾ ਸੀ, ਜਿਸ ਨੂੰ ਹਰਿਆਣੇ ਦੇ ਨੂੰਹ ਅਤੇ ਤਾਊਰ ਨਾਮੀ ਥਾਵਾਂ ਦੇ ਕੁਝ ਇਹੋ ਜਿਹੀ ਇਮਾਰਤਾਂ ਵਿੱਚ ਮਸ਼ਕ ਕਰਵਾਈ ਗਈ ਜਿਨ੍ਹਾਂ ਦਾ ਨਕਸ਼ਾ ਦਰਬਾਰ ਸਾਹਿਬ ਕੈਂਪਲੈਕਸ ਵਰਗਾ ਸੀ। ਸਹਿਜੇ ਸਹਿਜੇ ਇਹ ਚਰਚਾ ਜ਼ੋਰ ਫੜ ਰਹੀ ਸੀ ਕਿ ਇਹ ਕਮਾਂਡੋ ਬਾਲ ਵਧਾ ਕੇ ਕਿਹੜੀ ਕਾਰਵਾਈ ਲਈ ਵਰਤੇ ਜਾਣੇ ਹਨ। ਅਪ੍ਰੈਲ 1988 ਦੇ ਵਿੱਚ ਗਿੱਲ ਨੂੰ ਪਾਦੋਤ ਕਰਕੇ ਪੰਜਾਬ ਦਾ DGP ਲਾ ਦਿੱਤਾ ਗਿਆ, DGP ਬਣਾ ਦਿੱਤਾ। ਖੈਰ ਉਸਦੀ ਬੱਲੇ ਬੱਲੇ ਲਈ ਹਕੂਮਤ ਦਾ ਹੱਥ ਖਾੜਕੂਆਂ ਉੱਪਰ ਹੋ ਗਿਆ। ਵਿਖਾਉਣ ਲਈ
ਸਿੱਖਾਂ ਦੀ ਹੇਠੀ ਕਰਨ ਲਈ ਖੁਫੀਆ ਏਜੰਸੀਆਂ ਦਾ ਤਿਆਰ ਕੀਤਾ ਆਪਰੇਸ਼ਨ ਬਲੈਕ ਥੰਡਰ ਸ਼ੁਰੂ ਹੋਣ ਵਾਲਾ ਸੀ। ਦੂਜੇ ਪਾਸੇ ਹਕੂਮਤੀ ਖੁਫੀਆ ਏਜੰਸੀਆਂ ਨੇ ਭਾਈ ਜਸਵੀਰ ਸਿੰਘ ਰੋਡੇ ਨੂੰ ਰਿਹਾਅ ਕਰਵਾ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਦਰਬਾਰ ਸਾਹਿਬ ਕੰਪਲੈਕਸ ਲਿਆਂਦਾ। ਇਸ ਦੇ ਨਾਲ ਹੀ ਨੈਸ਼ਨਲ ਸਕਿਉਰਿਟੀ ਗਾਰਡ ਦੀ ਛੁੱਟੀ ਕੈਂਸਲ ਕਰਕੇ ਉਹਨਾਂ ਨੂੰ ਵੱਡੀ ਕਾਰਵਾਈ ਦੇ ਲਈ ਤਿਆਰ ਵਰ ਤਿਆਰ ਰਹਿਣ ਦੇ ਹੁਕਮ ਦੇ ਦਿੱਤੇ। ਬੜੀ ਬਰੀਕੀ ਦੇ ਨਾਲ ਜੂਨ 84 ਵਰਗਾ ਮਾਹੌਲ ਸਿਰਜਿਆ ਗਿਆ। ਆਪਰੇਸ਼ਨ ਬਲੈਕ ਥੰਡਰ ਦੇ ਕਰਤਾ ਤਰਤਾ ਖੁਫੀਆ ਏਜੰਸੀਆਂ ਵਿੱਚ ਚੋਟੀ 'ਤੇ ਵਿਚਰਿਆ ਅਜੀਤ ਡੋਭਾਲ ਪਾਕਿਸਤਾਨੀ ਬਣ ਕੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਉਹਨਾਂ ਲੋਕਾਂ ਦੇ ਨਾਲ ਰਹਿ ਰਿਹਾ ਸੀ ਜਿਹੜੇ ਲੋਕਾਂ ਦੇ ਲਈ ਖਾੜਕੂ ਸਨ, ਜਦਕਿ ਅਸਲ ਦੇ ਵਿੱਚ ਉਹ ਸਰਕਾਰ ਦੇ ਆਪਣੇ ਹੀ ਬੰਦੇ ਸਨ। ਜਿਵੇਂ ਅਜੀਤ ਡੋਭਾਲ ਦਰਬਾਰ ਸਾਹਿਬ ਅੰਦਰ ਹਥਿਆਰਬੰਦ ਬੰਦਿਆਂ ਦੇ ਨਾਲ ਰਹਿ ਕੇ ਉਹ ਸਭ ਕੁਝ ਕਰਵਾ ਰਿਹਾ ਸੀ ਜੋ ਸਿੱਖਾਂ ਦੀ ਹੇਠੀ ਕਰਵਾਵੇ। ਉਵੇਂ ਮਲੋਆ ਕ੍ਰਿਸ਼ਨ ਧਰ ਨਾਂ ਦਾ ਇੱਕ ਹੋਰ ਖੁਫੀਆ ਏਜੰਸੀਆਂ ਦਾ ਅਧਿਕਾਰੀ ਜਥੇਦਾਰ ਜਸਵੀਰ ਸਿੰਘ ਰੋਡੇ ਹੋਰਾਂ ਦੀ ਟੀਮ ਨਾਲ ਜੁੜਿਆ ਹੋਇਆ ਸੀ। ਇੰਝ ਹੋਰ ਪਤਾ ਨਹੀਂ ਕਿੰਨੇ ਕੁ ਏਜੰਟ ਇਸ ਆਪਰੇਸ਼ਨ ਮੌਕੇ ਗਿਣ ਮਿਟ ਕੇ ਚੱਲ ਰਹੇ ਸਨ। 9 ਮਈ 1988 ਨੂੰ ਬਲੈਕ ਥੰਡਰ ਨਾਮੀ ਖੁਫੀਆ ਏਜੰਸੀਆਂ ਦਾ ਡਰਾਮਾ ਸ਼ੁਰੂ ਹੋਇਆ, ਜਿਸ ਨਾਲ ਮੀਡੀਆ ਵਿੱਚ ਗਿੱਲ ਦੀ ਚੜ੍ਹਤ ਬਣਾਈ ਗਈ ਅਤੇ ਸਿੱਖਾਂ ਲਈ ਬੇਹੱਦ ਸਦਮੇ ਭਰੀ ਸਥਿਤੀ ਪੈਦਾ ਹੋਈ। ਖੁਫੀਆ ਏਜੰਸੀਆਂ ਦੇ ਇੱਕ ਅਫਸਰ ਡਾਕਟਰ ਸੰਗਰ ਸਿੰਘ ਨੇ ਆਪਣੀ ਕਿਤਾਬ ਇਤਿਹਾਸ ਵਿੱਚ ਸਿੱਖ ਦੇ ਸਫ਼ਾ 522 ਦੇ ਅੰਦਰੋਂ ਫੜੇ ਗਏ 40 ਬੰਦਿਆਂ ਨੂੰ ਹਿੰਦੂ ਲਿਖਿਆ ਹੈ, ਜਿਹੜੇ ਦਾੜੀਆਂ ਵਧਾ ਕੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਰਹਿੰਦੇ ਸਨ ਅਤੇ ਇਹਨਾਂ ਤੋਂ ਬਿਨਾਂ ਹੋਰ ਵੀ ਖੁਫੀਆ ਏਜੰਸੀਆਂ ਦੇ ਘੁਸਪੈਠੀਏ ਸਨ। ਫੜੇ ਗਏ 40 ਬੰਦਿਆਂ ਉੱਪਰ ਕੋਈ ਮੁਕੱਦਮਾ ਨਹੀਂ ਸੀ ਚਲਾਇਆ ਗਿਆ, ਕਿਉਂਕਿ ਉਹ ਤਾਂ ਸਰਕਾਰ ਦੇ ਹੀ ਆਪਣੇ ਬੰਦੇ ਸਨ, ਜਿਨ੍ਹਾਂ ਦਾ ਮਕਸਦ ਦਰਬਾਰ ਸਾਹਿਬ ਕੰਪਲੈਕਸ ਵਿੱਚ ਰਹਿੰਦੇ ਸਿੱਖ ਜੁਝਾਰੂਆਂ ਦੇ ਭੇਤ ਜਾਣਨੇ ਅਤੇ ਉਹ ਕਾਰੇ ਕਰਨਾ ਸੀ ਜਿਸ ਨਾਲ ਸਾਰੀ ਲਹਿਰ ਬਦਨਾਮ ਹੋਵੇ ਅਤੇ ਸਿੱਖ ਜੁਝਾਰੂਆਂ ਦਾ ਵਿਸ਼ਵਾਸ ਆਮ ਸੰਗਤਾਂ ਦੇ ਵਿੱਚ ਬਿਲਕੁਲ ਖਤਮ ਹੋ ਜਾਵੇ। ਇਸ ਤਰ੍ਹਾਂ ਹਕੂਮਤ ਨੇ ਉਹ ਭਾਈ ਜਸਵੀਰ ਸਿੰਘ ਰੋਡੇ ਜਿਹੜੇ 26 ਜਨਵਰੀ 1986 ਨੂੰ ਸਰਬੱਤ ਖਾਲਸਾ ਵਿੱਚ ਜਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਥਾਪੇ ਗਏ ਸਨ ਤਾਂ ਸੰਤ ਪਿੰਡਰਾਂ ਵਾਲਿਆਂ ਦੇ ਇਸ ਭਤੀਜੇ ਦਾ ਨਾਂ ਸੁਣ ਕੇ ਸਾਂਗਰ ਨੇ ਜੈਕਾਰੇ ਗਜਾ ਕੇ ਅਸਮਾਨ ਦੀ ਹਿੱਕ ਭਰ ਸੁੱਟੀ ਸੀ। ਜੋ ਹੋਲੀ ਵਾਲੇ ਦਿਨ 4 ਮਾਰਚ 1988 ਨੂੰ ਜੇਲ੍ਹ ਤੋਂ ਬਾਹਰ ਆਏ, ਉਹ 2 ਮਹੀਨੇ ਦੇ ਵਿੱਚ ਮਈ 1988 ਤੱਕ ਬਲੈਕ ਥੰਡਰ ਦੌਰਾਨ ਸਾਰੇ ਸਿੱਖਾਂ ਦੀਆਂ ਨਜ਼ਰਾਂ ਦੇ ਵਿੱਚ ਸ਼ੱਕੀ ਬਣਾ ਦਿੱਤੇ ਗਏ ਸੀ। ਆਪਰੇਸ਼ਨ ਬਲੈਕ ਥੰਡਰ ਮੌਕੇ ਗਿੱਲ ਇੰਨਾ ਨਿਸ਼ਚਿਤ ਸੀ ਕਿ ਇੱਕ ਟੈਂਟ ਵਿੱਚ ਬੜੀ ਮੌਜ ਦੇ ਨਾਲ ਬੈਠਾ ਸੀ, ਕਿਉਂਕਿ ਉਸ ਨੂੰ ਨਤੀਜਿਆਂ ਬਾਰੇ ਕੋਈ ਸ਼ੱਕ ਹੀ ਨਹੀਂ ਸੀ। ਕਲੂਕਾਰਾ ਜੂਨ 84 ਦੇ ਉਲਟ ਬਲੈਕ ਥੰਡਰ ਮੌਕੇ ਮੀਡੀਆ ਨੂੰ ਹਰ ਤਰ੍ਹਾਂ ਹਾਜ਼ਰ ਰੱਖਿਆ ਗਿਆ ਤਾਂ ਕਿ ਸਿੱਖਾਂ ਦੀ ਰਾਜ ਕੇ ਹੇਠ ਹੀ ਹੋ ਸਕੇ। ਇਹ ਮੰਨਣ ਵਿੱਚ ਕੋਈ ਉਜਰ ਨਹੀਂ ਕਿ ਬਲੈਕ ਥੰਡਰ ਨੇ ਸਰਕਾਰ ਦੀ ਮਨਮਰਜ਼ੀ ਦੇ ਨਤੀਜੇ ਪੈਦਾ ਕੀਤੇ। ਇੱਕ ਵਾਰ ਸਿੱਖ ਸੰਗਤ ਵਿੱਚ ਸਿੱਖ ਜੁਝਾਰੂ ਲਹਿਰ ਦਾ ਭਰੋਸਾ ਬਿਲਕੁਲ ਹੀ ਖਤਮ ਹੋਇਆ ਮਹਿਸੂਸ ਹੋ ਰਿਹਾ ਸੀ। ਸਰਬੱਤ ਖਾਲਸੇ ਵਿੱਚੋਂ ਪੈਦਾ ਹੋਈ ਪਹਿਲੀ ਪੰਥਕ ਕਮੇਟੀ ਨੂੰ ਬੇਹੱਦ ਸਖ਼ਤ ਝਟਕਾ ਲੱਗਾ ਸੀ, ਕਿਉਂਕਿ ਉਸ ਕਮੇਟੀ ਦਾ ਸਮਰਥਕ ਵਰਗ ਦਮਦਮੀ ਟਕਸਾਲ ਸੀ ਅਤੇ ਭਾਈ ਰੋਡੇ ਕਰਕੇ ਟਕਸਾਲ ਦੇ ਅਕਸ਼ ਨੂੰ ਵੀ ਗ੍ਰਹਿਣ ਲੱਗ ਗਿਆ ਸੀ। ਪਰ ਛੇਤੀ ਹੀ ਸਿੱਖ ਜੁਝਾਰੂਆਂ ਨੇ ਸਥਿਤੀ ਉਸ ਸਮੇਂ ਫਿਰ ਸੰਭਾਲ ਲਈ। ਦੂਜੀ ਪੰਥਕ ਕਮੇਟੀ ਦੇ ਬਣਨ ਨਾਲ ਸਿੱਖਾਂ ਦੀ ਜੁਝਾਰੂ ਬਿਰਤੀ ਫਿਰ ਸਿਖਰਾਂ ਛੋਹਣ ਲੱਗ ਪਈ। ਸਰਕਾਰ ਨੇ ਭਾਈ ਰੋਡੇ ਸਮੇਤ ਹੋਰ ਜਿਹੜੇ ਬੰਦੇ ਵਰਤੇ ਸਨ ਉਹ ਖੁਦ ਹੀ ਨਸ਼ਰ ਕਰ ਦਿੱਤੇ ਤਾਂ ਕਿ ਪੰਥਕ ਅਤੇ ਖਾੜਕੂ ਸਫ਼ਾਂ ਦੇ ਵਿੱਚ ਆਪਸੀ ਬੇਵਿਸ਼ਵਾਸੀ ਵਾਲਾ ਮਾਹੌਲ ਪੈਦਾ ਕੀਤਾ ਜਾ ਸਕੇ। ਖਾੜਕੂਆਂ ਨੇ ਸ਼ੱਕੀ ਬੰਦਿਆਂ ਵੱਲ ਸਖ਼ਤੀ ਵਿਖਾਈ ਤਾਂ ਉਹ ਆਪਣੀਆਂ ਜਾਨਾਂ ਬਚਾਉਣ ਦੇ ਲਈ ਉਸ ਹਕੂਮਤ ਤੋਂ ਹੀ ਸੁਰੱਖਿਆ ਪਾਲਣ ਲੱਗ ਪਏ ਜਿਹੜੀ ਹਕੂਮਤ ਵਿਰੋਧ ਉਹ ਜੂਨ 84 ਤੋਂ ਬਾਅਦ ਸਰਗਰਮ ਹੋਏ ਸਨ। ਇੰਝ ਬਲੈਕ ਥੰਡਰ ਨੇ ਸਿੱਖ ਜਗਤ ਦੇ ਅੰਦਰੋਂ ਸਰਕਾਰ ਨੂੰ ਬੜਾ ਵੱਡਾ ਉਹ ਹਿੱਸਾ ਦੇ ਦਿੱਤਾ ਜਿਹੜਾ ਪਹਿਲਾਂ ਪੰਥਕ ਅਤੇ ਖਾੜਕੂ ਸਫ਼ਾਂ ਦਾ ਹਿੱਸਾ ਸੀ। ਇੱਕ ਦੋ ਨਹੀਂ ਹਜ਼ਾਰਾਂ ਹੀ ਬੰਦੇ ਪੰਥਕ ਅਤੇ ਸੰਘਰਸ਼ ਦੇ ਉਲਟ ਭੁਗਤਣ ਵਾਲੇ ਪੈਦਾ ਹੋ ਗਏ। ਫਿਰ ਉਸ ਸਮੇਂ ਗਿੱਲ ਇਸ ਬਾਰੇ ਸਾਰੇ ਵਰਤਾਰੇ ਨਾਲ ਸਰਕਾਰੀ ਧਿਰ ਦਾ ਚਿਹਰਾ ਮੋਹਰਾ ਬਣ ਬੈਠਾ। ਇਸ ਮਗਰੋਂ ਪੰਜਾਬ ਸਿੱਖਾਂ ਨੂੰ ਫੜਨ ਮਾਰਨ ਦੜਨ ਕੁੱਟਣ ਜਲੀਲ ਕਰਨ ਤਸੀਹੇ ਦੇਣ ਦਾ ਦੌਰ ਹੋਰ ਪੱਕ ਗਿਆ। ਨਾਲ ਹੀ ਕੈਡ ਆਪਰੇਸ਼ਨ ਸ਼ੁਰੂ ਹੋ ਗਏ। ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਵਿੱਚ ਕੈਡ ਸਿੱਖ ਜੁਝਾਰੂਆਂ ਦੀ ਨਿਸ਼ਾਨਦੇਹੀ ਕਰਨ ਦੇ ਲਈ ਥਾਂ ਥਾਂ ਖੜ੍ਹੇ ਰਹਿੰਦੇ। ਜੁਝਾਰੂਆਂ ਦੇ ਹਮਦਰਦਾਂ ਦੇ ਘਰਾਂ ਵਿੱਚ ਕੈਡ ਟੋਲੇ ਅਤੇ ਪੁਲਿਸ ਵਾਲੇ ਰਾਤ ਨੂੰ ਖਾੜਕੂ ਬਣ ਕੇ ਜਾਂਦੇ। ਲੁੱਟਾਂ ਖੋਹਾਂ ਬਲਾਤਕਾਰਾਂ ਦੀ ਬੇਕਿਰਕ ਲੜੀ ਚੱਲ ਪਈ। ਖਾੜਕੂਆਂ ਦੇ ਨਾਂ ਹੇਠ ਖੂਨ ਖਰਾਬਾ, ਬਲਾਤਕਾਰ, ਅਗਵਾ, ਫਰੋਤੀਆਂ ਅਤੇ ਲੋਕਾਂ ਨੂੰ ਸਤਾਉਣ ਵਾਲੀਆਂ ਵਾਰਦਾਤਾਂ ਦੀ ਹਨੇਰੀ ਬਣ ਗਈ। ਇਸ ਕਤਲੋਗਾਰ ਨਾਲ ਖਾੜਕੂਆਂ ਅਤੇ ਹਕੂਮਤੀ ਦਹਿਸ਼ਤਗਰਦੀ ਦਾ ਸ਼ਿਕਾਰ ਲੋਕ ਬੇਹੱਦ ਤੰਗ ਹੋ ਗਏ। ਇਸੇ ਦੌਰਾਨ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖ ਕੇ ਗਿੱਲ ਦੀ ਕਮਾਂਡ ਹੇਠ ਪੁਲਿਸ ਨੂੰ ਬੰਦੇ ਮਾਰਨ ਵਾਲੀ ਫੋਰਸ ਵਿੱਚ ਬਦਲਣ ਲਈ ਕਵਾਇਦ ਸ਼ੁਰੂ ਹੋਈ। ਮਾਰੇ ਗਏ ਬੰਦਿਆਂ ਦੇ ਲਈ ਇਨਾਮ, ਤਰੱਕੀਆਂ ਅਤੇ ਹੋਰ ਸਹੂਲਤਾਂ ਦੀ ਹੋੜ ਨੇ ਹਰ ਪੁਲਿਸੀਏ ਨੂੰ ਕਾਤਲ ਦਰਿੰਦਾ ਬਣਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਨੂੰ ਜਿੱਥੋਂ ਮਰਜ਼ੀ ਜਿਹਨੂੰ ਮਰਜ਼ੀ ਫੜ ਕੇ ਮਾਰਨ ਕੁੱਟਣ ਦੇ ਹੱਕ ਮਿਲ ਗਏ।
ਥਾਣਿਆਂ ਵਿੱਚ ਲੋਕਾਂ ਨੂੰ ਬੇਤਰਸੀ ਨਾਲ ਤਸੀਹੇ ਦੇ ਕੇ ਮਾਰਨ ਮਗਰੋਂ ਕਹਿ ਦਿੱਤਾ ਜਾਂਦਾ ਕਿ ਖਤਰਨਾਕ ਦਹਿਸ਼ਤਗਰਦ ਮੁਕਾਬਲੇ ਵਿੱਚ ਮਾਰਿਆ ਗਿਆ। ਜਿਸ ਸਿੱਖ ਨੂੰ ਮਾਰਨ ਵਾਲੇ ਪੁਲਿਸ ਮੀਡੀਆ ਨੂੰ ਬੜਾ ਖਤਰਨਾਕ ਦੱਸਦੀ, ਅਗਲੇ ਦਿਨ ਉਸਦੇ ਪਰਿਵਾਰਕ ਮੈਂਬਰ ਅਤੇ ਹੋਰ ਬਾਕੀ ਮੀਡੀਆ ਨੂੰ ਦੱਸਦੇ ਕਿ ਪੁਲਿਸ ਦੀ ਕਹਾਣੀ ਝੂਠੀ ਹੈ ਅਤੇ ਬੰਦਾ ਤਾਂ ਅਸੀਂ ਖੁਦ ਪੇਸ਼ ਕਰਵਾਇਆ ਸੀ ਅਤੇ ਇਹ ਉਹ ਕਈ ਦਿਨ ਦਾ CIA ਸਟਾਫ ਦੇ ਵਿੱਚ ਸੀ। ਇਹ ਜ਼ੁਲਮ ਨੇ ਖਾੜਕੂ ਲਹਿਰ ਵਿੱਚ ਬੇਹੱਦ ਭਰਤੀ ਵਧਾ ਦਿੱਤੀ। ਬਦਲੇ ਦੀ ਅੱਗ ਦੇ ਵਿੱਚ ਲੱਟ ਲੱਟ ਮੱਚਦੇ ਸਿੱਖ ਨੌਜਵਾਨ ਹਥਿਆਰਾਂ ਦੀ ਭਾਲ ਦੇ ਵਿੱਚ ਥਾਂ ਥਾਂ ਫਿਰਦੇ ਕਿ ਉਸਦੇ ਟੱਬਰ ਨੂੰ ਜਲੀਲ ਕਰਨ ਵਾਲਿਆਂ ਨੂੰ ਸਜ਼ਾ ਦੇ ਸਕਣ। ਇਹੋ ਜਿਹੇ ਮਾਹੌਲ ਵਿੱਚ 18 ਦਸੰਬਰ 1990 ਨੂੰ ਗਿੱਲ ਨੂੰ ਪੰਜਾਬ ਤੋਂ ਇੱਕ ਵਾਰ ਬਾਹਰ ਭੇਜ ਦਿੱਤਾ ਅਤੇ ਕੇਂਦਰ ਸਰਕਾਰ ਨੇ ਪੰਜਾਬ ਦੇ ਵਿੱਚ ਚੋਣਾਂ ਕਰਵਾਉਣੀਆਂ ਚਾਹੀਆਂ, ਪਰ ਉਹ 1991 ਨੂੰ ਹੋਣ ਵਾਲੀਆਂ ਚੋਣਾਂ ਐਨ ਆਖਰੀ ਮੌਕੇ ਰੱਦ ਕਰ ਦਿੱਤੀਆਂ ਗਈਆਂ। 1991 ਗਿੱਲ ਫਿਰ DGP ਬਣ ਕੇ ਤਾਇਨਾਤ ਹੋ ਗਿਆ। ਇਸ ਵਾਰ ਉਸਨੇ ਪਹਿਲਾਂ ਨਾਲੋਂ ਵੀ ਵੱਧ ਕਾਰਗਰੂ ਵਿਖਾਇਆ। ਕਾਤਲ ਟੋਲੇ ਸਾਰੇ ਮੁਲਕ ਦੇ ਵਿੱਚ ਸਿੱਖਾਂ ਦਾ ਸ਼ਿਕਾਰ ਖੇਡਣ ਅਤੇ ਇਨਾਮ ਬਟੋਰਨ ਦੇ ਲਈ ਤਿਆਰ ਕੀਤੇ ਗਏ। ਉਸ ਵੱਲੋਂ ਕਰੋੜਾਂ ਰੁਪਏ ਖਾੜਕੂਆਂ ਦੇ ਸਫਾਈ ਲਈ ਵੰਡੇ ਗਏ। ਤਰੱਕੀਆਂ ਤੜਾ ਤੜ ਮਿਲਦੀਆਂ ਗਈਆਂ, ਜਿੰਨੇ ਵੱਧ ਕਤਲ 1936 ਤਰੱਕੀ। ਪੁਲਿਸ ਇੱਕ ਕਾਤਲ ਮਸ਼ੀਨ ਵਿੱਚ ਬਦਲ ਗਈ ਸੀ, ਕੋਈ ਵੀ ਸੁਰੱਖਿਅਤ ਨਹੀਂ ਸੀ। ਬੇਸ਼ੱਕ ਪੰਜਾਬ ਦੇ ਵਿੱਚ ਬੇਅੰਤ ਸਿੰਘ ਦੀ ਅਗਵਾਈ ਹੇਠ ਚੋਣੀ ਹੋਈ ਕਾਂਗਰਸ ਸਰਕਾਰ CAC, ਪਰ ਗਿੱਲ ਨੂੰ ਆਪਣੀ ਮਨਮਰਜ਼ੀ ਲਈ ਖੁੱਲ੍ਹੇ ਹੱਥ ਦਿੱਤੇ ਗਏ ਸਨ। ਜ਼ੁਲਮ ਅੱਤਿਆਚਾਰ ਕਹਿਰ ਵਰਗੇ ਸ਼ਬਦ ਉਸ ਦੌਰ ਲਈ ਛੋਟੇ ਸਨ। ਗਿੱਲ ਨੇ ਪਿਛਲੇ ਲੰਮੇ ਸਮੇਂ ਪੰਜਾਬ ਭਰ ਵਿੱਚ ਆਪਣੇ ਪਿਆਰੇ ਅਫਸਰਾਂ ਦਾ ਇੱਕ ਇਹੋ ਜਿਹਾ ਗਰੋਹ ਤਿਆਰ ਕਰ ਲਿਆ ਸੀ ਜੋ ਬੇਅਦਬੀ ਦੇ ਨਾਲ ਜ਼ੁਲਮ ਕਰਦੇ, ਅਤੇ ਉਹਨਾਂ ਜ਼ੁਲਮਾਂ ਲਈ ਗਿੱਲ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਲੈਂਦਾ। ਹਰ ਇਲਾਕੇ ਵਿੱਚ ਬੁੱਛੜਖਾਨੇ ਖੁੱਲ੍ਹ ਗਏ। ਅਨੇਕਾਂ ਬੁੱਛੜ ਪੁਲਸੀਆਂ ਦੇ ਨਾਵਾਂ ਦੀਆਂ ਡਰਾਉਣੀਆਂ ਗੱਲਾਂ ਹਰ ਇਲਾਕੇ ਦੇ ਵਿੱਚ ਚੱਲ ਪਈਆਂ ਸੀ। ਨਾ ਕੋਈ ਬਜ਼ੁਰਗ, ਨਾ ਕੋਈ ਬਿਰਧ ਮਾਈ, ਨਾ ਕੋਈ ਬੱਚਾ, ਨਾ ਕੋਈ ਬੱਚੀ, ਨਾ ਕੋਈ ਵਕੀਲ ਅਤੇ ਨਾ ਕੋਈ ਪੱਤਰਕਾਰ, ਨਾ ਕੋਈ ਅਫਸਰ ਅਤੇ ਨਾ ਕੋਈ ਹੋਰ ਅਧਿਕਾਰੀ ਇਹਨਾਂ ਛੱਡਿਆ ਨਹੀਂ। ਕੋਈ ਸੁਰੱਖਿਅਤ ਉਸ ਸਮੇਂ ਨਹੀਂ ਸੀ। ਫੜੇ ਗਏ ਬੰਦੇ ਨੂੰ ਰੱਜ ਕੇ ਤਸੀਹੇ ਦਿੱਤੇ ਜਾਂਦੇ ਕਿ ਕਿਸੇ ਦਾ ਨਾਂ ਲੈ ਦੇ, ਜਿਸ ਦਾ ਨਾਂ ਲੈ ਦਿੰਦਾ ਉਸਨੂੰ ਪੁਲਿਸ ਚੁੱਕ ਕੇ ਲੈ ਜਾਂਦੀ। ਹਾਜ਼ਰ ਥਾਣਿਆਂ ਵਿੱਚ ਬੰਦੇ ਮਰਦੇ ਜਿਵੇਂ ਪੰਜਾਬ ਵਿੱਚੋਂ ਭਗਤੇ ਦਾੜਾ ਮੁਕਾ ਦੇਣਾ ਹੋਵੇ। ਖੈਰ, ਇਸ ਦੌਰ ਦੇ ਵਿੱਚ ਹਜ਼ਾਰਾਂ ਧੀਆਂ ਪੈਣਾ ਬੇਪਤ ਹੋਈਆਂ। ਪੰਜਾਬ ਨੂੰ ਇੱਕ ਵੱਡੇ ਸ਼ਮਸ਼ਾਨ ਘਾਟ ਦੇ ਵਿੱਚ ਬਦਲ ਦਿੱਤਾ ਗਿਆ। ਹਜ਼ਾਰਾਂ ਸਿੱਖ ਮਾਰੇ ਗਏ, ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜੇ ਗਏ, ਕਈ ਬਾਹਰਲੇ ਮੁਲਕਾਂ ਵਿੱਚ ਭੱਜ ਨਿਕਲੇ। ਕਤਲੋ ਗੈਰਤ ਲਈ ਗਿੱਲ ਦੇ ਸਿਰ ਸਿਹਰਾ ਬੰਨਿਆ ਜਾਂਦਾ, ਪਰ ਹਕੀਕਤ ਹੋਰ ਸੀ। ਖੂਫੀਆ ਏਜੰਸੀਆਂ ਦੇ ਹਜ਼ਾਰਾਂ ਅਫਸਰ ਉਹ ਰਣਨੀਤੀ ਲਾਗੂ ਕਰਦੇ ਸਨ ਜਿਸ ਸਦਕਾ ਸਿੱਖਾਂ ਦਾ ਕਾਣ ਹੋ ਰਿਹਾ ਸੀ, ਪਰ ਸਾਰੀ ਕਾਰਵਾਈ ਲਈ ਨਾ ਗਿੱਲ ਦਾ ਹੀ ਵਰਤਿਆ ਜਾਂਦਾ। ਆਪਰੇਸ਼ਨ ਰਾਤਰੀ, ਗੱਲਬਾਤ ਅਤੇ ਹੋਰ ਬਹੁਤ ਸਾਰੇ ਆਪਰੇਸ਼ਨਾਂ ਦੀ ਰਣਨੀਤੀ ਕਰਨ ਵਾਲੇ ਖੂਫੀਆ ਏਜੰਸੀਆਂ ਦੇ ਅਫਸਰ ਹਰ ਵੇਲੇ ਇਹੀ ਖਿਆਲ ਰੱਖਦੇ ਕਿ ਹਰ ਗੱਲ ਦਾ ਸਿਹਰਾ ਗਿੱਲ ਨੂੰ ਮਿਲੇ। ਬਹੁਤ ਘੱਟ ਲੋਕ ਜਾਣਦੇ ਹਨ ਕਿ OP ਸ਼ਰਮਾ ਨੇ ਪੰਜਾਬ ਤੋਂ ਜਾਣ ਵੇਲੇ ਇੱਕ ਸਾਫ਼ ਕੀਤਾ ਸੀ ਕਿ ਆਪਰੇਸ਼ਨਾਂ ਲਈ ਸਿਰਫ ਚਿਹਰਾ ਹੀ ਗਿੱਲ ਦਾ ਵਰਤਿਆ ਗਿਆ ਸੀ। ਅਸਲ ਵਿੱਚ ਉਸ ਦੌਰ ਵਿੱਚ ਪੁਲਿਸ ਨੂੰ ਕਾਤਲ ਮਸ਼ੀਨ ਬਣਾ ਦਿੱਤਾ ਗਿਆ, ਜਿਸ ਦੇ ਬੇਦਰਦੀ ਅਤੇ ਬੇਕਿਰਕੀ ਦੇ ਨਾਲ ਸਿੱਖਾਂ ਦੇ ਆਹੂ ਲਾਹੇ ਸੀ। ਹਰ ਘਰ ਸੱਤਰ ਵਿਛਾ ਦਿੱਤੇ ਗਏ। ਜਿਹੜੇ ਪਰਿਵਾਰਾਂ ਨੇ ਬੁੱਚੜ ਪੁਲਸੀਆਂ ਦੇ ਜ਼ੁਲਮਾਂ ਵਿਰੁੱਧ ਅਦਾਲਤੀ ਚਾਰਾਜੋਈ ਕੀਤੀ, ਉਹਨਾਂ ਨੂੰ ਹੋਰ ਵੀ ਵੱਧ ਸੰਤਾਪ ਭੋਗਣਾ ਪਿਆ। ਦਰਅਸਲ ਦਿੱਲੀ ਦਰਬਾਰ ਪੰਜਾਬ ਦੀ ਅਣਗੈਰਤ ਨੂੰ ਮਾਰ ਕੇ ਸਿੱਖਾਂ ਦਾ ਸਵਿਮਾਨ ਰੋੜ ਕੇ ਸਦਾ ਲਈ ਰੀੜ੍ਹ ਦੀ ਹੱਡੀ ਤੋੜਨੀ ਚਾਹੁੰਦਾ ਸੀ, ਜਿਸ ਲਈ ਗਿੱਲ ਨੇ ਆਪਣੇ ਆਪ ਨੂੰ ਮੋਹਰੇ ਕੀਤਾ ਸੀ। ਇਹਨਾਂ ਜ਼ੁਲਮਾਂ ਨੂੰ ਤਰਾ ਤਰਾ ਕਰਦੇ ਲੋਕ ਬੇਹੱਦ ਖੁਸ਼ ਹੋਏ ਜਦ ਬੇਅੰਤ ਸਿੰਘ ਨੂੰ ਸਿੰਘਾਂ ਵੱਲੋਂ ਬੰਬਲੇ ਨਾਲ ਉਡਾ ਦਿੱਤਾ ਗਿਆ। ਗਿੱਲ ਦੀ ਨੌਕਰੀ 31 ਦਸੰਬਰ 1995 ਵਿੱਚ ਪੂਰੀ ਹੋ ਗਈ। 1996 ਵਿੱਚ ਉਸ ਨੂੰ ਅਦਾਲਤ ਨੇ 1988 ਵਿੱਚ ਕੀਤੇ ਕਾਮੁਕ ਅਪਰਾਧ ਲਈ ਸਜ਼ਾ ਦਿੱਤੀ, ਜੋ ਇੱਕ ਅਫਸਰ ਬੀਬੀ ਰੂਪਨ ਦਿਓਲ ਬਜਾਜ ਦੇ ਨਾਲ ਇਸਨੇ ਛੇੜਖਾਨੀ ਕੀਤੀ ਸੀ। ਉਹ ਰਿਟਾਇਰ ਹੋ ਕੇ ਦਿੱਲੀ ਰਹਿਣ ਲੱਗਾ। ਮੁਲਕ ਦਾ ਨਿਜ਼ਾਮ, ਖੂਫੀਆ ਏਜੰਸੀਆਂ ਜਾਣਦੀਆਂ ਸਨ ਕਿ ਸਿੱਖ ਉਸਦੇ ਮਗਰ ਪਏ ਹੋਏ ਹਨ। ਡਰ ਡਰ ਕੇ ਸਮਾਂ ਕੱਢਦਾ ਗਿੱਲ ਗੁਰਦਿਆਂ ਦੀ ਬਿਮਾਰੀ ਦੇ ਨਾਲ ਅੱਡੀਆਂ ਰਗੜਦਾ ਆਖਰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮਰ ਗਿਆ ਸੀ। ਇੱਥੇ ਇਹ ਗੱਲ ਵੀ ਧਿਆਨਯੋਗ ਹੈ ਕਿ ਜਿਸ ਨਿਜ਼ਾਮ ਲਈ ਗਿੱਲ ਨੇ ਸਿੱਖਾਂ ਦਾ ਕਾਲ ਕੀਤਾ, ਉਸ ਨਿਜ਼ਾਮ ਨੇ ਇਸ ਹੱਥ ਟੋਕੇ ਵਿੱਚ ਬੜੀ ਬਾਰ ਬੇਜਕੀਨੀ ਵਿਖਾਈ। ਆਪਰੇਸ਼ਨ ਬਲੈਕ ਥੰਡਰ ਮਗਰੋਂ ਉਸਦੀ ਮੌਤਲੀ ਪੱਕੀ ਸੀ, ਜੋ ਹੁੰਦੇ ਹੁੰਦੇ ਬਚੀ। ਦੂਜੀ ਵਾਰ ਜਦ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਮੌਕੇ ਸਰਕਾਰ ਦੇ ਖਾੜਕੂਆਂ ਦੀ ਗੱਲਬਾਤ ਹੋਣੀ ਸੀ, ਤਾਂ ਸਭ ਤੋਂ ਪਹਿਲਾਂ ਗਿੱਲ ਨੂੰ ਹੀ ਪੰਜਾਬ ਤੋਂ ਬਾਹਰ ਭੇਜਿਆ ਗਿਆ।
गिल नूं बार बार ये सबक दिता गया कि बेशक उसने मुल्क लई बड़ा कुछ किया होगा पर उसनूं जद चाहे जिथे चाहे वरत्या जाएगा तो अपनी मर्जी नहीं कर दिती जाएगी। यह जिहे हाथ ठोके हकूमता कोल ना मुके हन ते ना कटे हन। सो यह है गिल दा इतिहास, गिल दा पिछोकड़।